5 ਅਪ੍ਰੈਲ ਨੂੰ ਫਿਲਮ ਯਾਰਾ ਵਿੱਚ ਤੁਹਾਨੂੰ ਯਾਰੀਆਂ ਵਿਖਾਣਗੇ ਰਘੁਵੀਰ ਤੇ ਰਘੁਵੀਰ ਹੈਗੇ ਸਾਡੇ ਨਾਲ ਤੇ ਵੈਲਕਮ ਟੂ ਦੇਸੀ ਚਾਨਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਜੀ। ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਜੀ ਕਿਵੇਂ? ਮੈਂ ਤੇ ਬਹੁਤ ਵਧੀਆ। ਤੁਹਾਡੀ ਮੂਵੀ ਆ ਰਹੀ ਹੈ, ਫਸਟ ਆਫ ਆਲ ਕੰਗ੍ਰੈਚੁਲੇਸ਼ਨਸ। ਟ੍ਰੇਲਰ ਇਜ਼ ਅਮੇਜ਼ਿੰਗ। ਉਹ ਜਿਹੜਾ ਸਾਈਕਲ ਚਲਾਉਣ ਵਾਲਾ ਸੀਨ ਹੈ ਨਾ, ਸੱਚੀ ਇੰਨਾ ਫਨ ਕੀਤਾ ਜਿੰਨਾ ਉਹ 'ਚ ਨਜ਼ਰ ਆ ਰਿਹਾ। ਹਾਂਜੀ ਹਾਂਜੀ, ਨਹੀਂ ਉਹ ਬਹੁਤ ਵਧੀਆ। ਉਹ ਵੈਸੇ ਪਾਲੀ ਸੰਧੂ ਵੀਰੇ ਦਾ ਮੇਰਾ, ਅਸੀਂ ਸਾਡਾ ਜਿਹੜਾ ਕਰੈਕਟਰ ਹੈਗਾ ਮੇਰਾ ਹੈਗਾ ਕਿਸ਼ਨੇ ਦਾ ਜੀ, ਕਿਸ਼ਨ ਲਾਲ ਦਾ, ਬੂਟਾ ਨੇਜਾ ਦਾ। ਸਾਡੀ ਤਿੰਨ ਦੋਸਤਾਂ ਦੀ ਕਹਾਣੀ ਹੈ, ਯੁਵਰਾਜ, ਗਗਨ ਅਤੇ ਮੈਂ। ਬਹੁਤ ਵਧੀਆ ਅਤੇ ਉਹ ਸੀਨ ਬਹੁਤ ਵਧੀਆ ਹੋਇਆ ਜਿਹੜੇ ਸਾਈਕਲ ਵਾਲੇ ਨੇ, ਉਹ ਸਾਡਾ ਪਾਲੀ ਸੰਧੂ ਵੀਰਾ, ਉਹਨੇ ਬਹੁਤ ਸੋਹਣਾ ਕੀਤਾ। ਅਤੇ ਉਹ ਬਹੁਤ ਹੀ ਫਿਲਮ ਦੇ ਵਿੱਚ ਇੰਪੋਰਟੈਂਟ ਸੀਨ ਨੇਗੇ, ਕਿਉਂਕਿ 1942 ਦੀ ਇਹ ਸਟੋਰੀ ਆ, ਮਤਲਬ ਵੰਡ ਹੋਣ ਤੋਂ ਪਹਿਲਾਂ ਦੀ। ਤਾਂ ਉਦੋਂ ਜੇ ਕਿਸੇ ਘਰ ਸਾਈਕਲ ਹੁੰਦਾ ਸੀ ਜਾਂ ਘੋੜਾ ਹੁੰਦਾ ਸੀਗਾ ਤਾਂ ਉਹ ਬਹੁਤ ਵੱਡਾ ਹੀ ਗੱਲਬਾਤ ਹੁੰਦੀ ਹੈ ਨਾ। ਹਊਆ ਹੁੰਦਾ ਸੀ ਇੱਕ ਪਿੰਡ 'ਚ ਵੀ, ਯਾਰ ਉਹਨੇ ਸਾਈਕਲ, ਤਾਂ ਉਹ ਸਾਈਕਲ ਲੈ ਕੇ ਆਉਂਦਾ ਪਿੰਡ 'ਚ। ਤਾਂ ਉਦੋਂ ਫਿਰ ਉਸ ਜਿਹੜਾ ਸੀਨ ਨੇ ਉਹ ਬਹੁਤ ਲੋਕ ਉਹਨਾਂ ਨੂੰ ਅਚੰਬੇ ਨਾਲ ਲੈਂਦੇ ਆ ਵੀ ਯਾਰ ਸਾਈਕਲ ਆਹ ਚੀਜ਼ ਕੀ ਹੈ ਜੀ, ਤਾਂ ਬੰਦਾ ਆ ਰਿਹਾ। ਕਈਆਂ ਨੂੰ ਲੱਗਦਾ ਵੀ ਕੋਈ ਭੂਤ ਹੈ, ਵੀ ਭੂਤ ਨੇ ਕਿਸੇ ਨੇ ਚਮੇਟ ਰੱਖਿਆ, ਬੰਦਾ ਹੱਥ ਪੈਰ ਮਾਰ ਰਿਹਾ, ਛੜਾ ਰਿਹਾ ਵੀ, ਹੈ ਨਾ, ਕੋਸ਼ਿਸ਼ ਕਰ ਰਿਹਾ ਛੜਾਉਣ ਦੀ, ਉਹ ਛੱਡ ਨਹੀਂ ਰਿਹਾ। ਤਾਂ ਇੱਦਾਂ ਦਾ ਵੀ ਉਹ ਸੀਨ ਬਹੁਤ ਵਧੀਆ ਨੇ ਉਹ। ਮਤਲਬ ਇਹਨਾਂ ਨੇ ਫਿਲਮ 'ਚ ਤੁਸੀਂ ਗਾਂਡੀ ਪਾਉਣ ਦੀ ਗੱਲ ਕੀਤੀ ਹੈ ਨਾ, ਗਾਂਡੀ ਪਾਉਣ 'ਚ ਤੁਸੀਂ ਪੂਰੀ ਉਹਦੀ ਗਗਨ ਕੋਕਰੀ ਦੀ, ਨਸੀਬੋ ਨਾਲ ਯੁਵਰਾਜ ਦੀ ਇਹਦੇ ਹੈਲਪ ਕੀਤੀ। ਬਿਲਕੁਲ, ਇਹ ਆ ਵੀ ਜਿਹੜਾ ਮੇਰਾ ਕਰੈਕਟਰ ਹੈ ਜੀ, ਮੇਰਾ ਹੈਗਾ ਜੀ ਕਿਸ਼ਨ ਲਾਲ ਦਾ, ਕਿਸ਼ਨੇ ਦਾ, ਮੈਂ ਹਿੰਦੂ ਪਰਿਵਾਰ ਨਾਲ ਸੰਬੰਧਿਤ ਹਾਂ। ਅਤੇ ਇਹ ਨੇਜਾ ਅਤੇ ਬੂਟਾ ਨੇ ਜਿਹੜੇ ਯੁਵਰਾਜ ਗਗਨ, ਇਹ ਮੇਰੀਆਂ ਫੈਮਲੀਆਂ ਹੁੰਦੀਆਂ ਕਿਉਂਕਿ ਮੈਂ ਨਾਥ ਹਾਂ ਉਹ 'ਚ। ਤਾਂ ਸਾਡੇ ਪਹਿਲਾਂ ਤਿੰਨ ਜਿਹੜੇ ਡੈਡੀ ਹੈਗੇ ਸਾਡੇ, ਉਹ ਦੋਸਤ ਹੁੰਦੇ ਆ, ਫਿਰ ਅੱਗੇ ਅਸੀਂ ਵੀ ਦੋਸਤ ਹਾਂ, ਤਾਂ ਮੈਨੂੰ ਇਹੀ ਪਾਲਦੇ ਆ। ਤਾਂ ਦੂਜਾ ਮੈਂ ਡਰਪੋਕ ਜਿਹਾ ਕਿਰਦਾਰ ਇਹਦੇ ਵਿੱਚ ਮੇਰਾ, ਹੈ ਨਾ। ਤਾਂ ਉਹ ਜਦੋਂ ਵੀ ਫਿਰ ਹੁਣ ਜਿਹੜਾ ਨੇਜਾ ਗਾ ਯੁਵਰਾਜ, ਉਹ ਬਹੁਤ ਪਲੇਬੋਏ ਟਾਈਪ ਆ ਉਸ ਟਾਈਮ ਦਾ, ਉਹ ਜੋ ਇਹਨੂੰ ਮਤਲਬ ਗਗਨ ਨੂੰ ਕਹਿੰਦਾ ਰਹਿੰਦਾ ਵੀ ਪਿਆਰ ਹੋਣਾ ਜ਼ਰੂਰੀ ਹੁੰਦਾ, ਪਿਆਰ ਬਿਨਾਂ ਕੋਈ ਲਾਈਫ ਨਹੀਂ ਹੈਗੀ, ਪਿਆਰ ਜੇ ਵੋ, ਵੀ ਜਦੋਂ ਪਿਆਰ ਹੁੰਦਾ ਨਾ ਬੰਸਰੀਆਂ ਵੱਜਦੀਆਂ, ਲਗੋਜੇ ਵੱਜਦੇ, ਇੱਦਾਂ ਇੱਦਾਂ ਉਹਨੂੰ ਸੁਪਨੇ ਦਾ ਹੁੰਦਾ। ਉਹ ਕਹਿੰਦਾ ਮੈਂ ਨਹੀਂ, ਉਹ ਵੀ ਜੁੱਤੀਆਂ ਡਰਦਾ ਹੁੰਦਾ ਯੋਗਰਾਜ ਜੀ ਤੋਂ ਨਾ, ਅਤੇ ਬਾਪੂ ਤੋਂ। ਅਸੀਂ ਤਾਂ, ਮੈਂ ਤਾਂ ਉਹਨੂੰ ਕਹਿੰਦੀ ਰਹਿਣਾ ਵੀ ਭਰਾਵਾ ਰਹਿਣ ਦੇ ਤੂੰ, ਵੀ ਪਿਆਰ ਪੂ, ਜਿਵੇਂ ਉਹ ਡਾਇਲੋਗ ਵੀ ਆ, ਕਹਿੰਦਾ ਇਹਨੂੰ ਪਿਆ, ਕਹਿੰਦਾ ਜੇ ਤੈਨੂੰ ਵੀ ਪਿਆਰ ਹੋ ਗਿਆ ਮੈਂ ਤਾਂ ਬੱਚਿਆ ਖੋਜਿਆ ਵੀ ਘੱਸ ਜੂ, ਹੈ ਨਾ। ਉਹਨੂੰ ਇਹ ਹੁੰਦਾ ਵੀ ਮੈਨੂੰ ਨਾ, ਮੇਰੇ ਨਾਲ ਛਿੱਤਰ ਪਾ ਦੇਣ। ਸੋ ਗਾਟੀਆਂ ਸਕੀਮਾਂ ਦਿੰਦਾ ਨੇਜਾ, ਤਾਂ ਉਹਨੂੰ ਜਦੋਂ ਇੰਪਲੀਮੈਂਟ ਕਰਨਾ ਹੁੰਦਾ, ਉਹਨੂੰ ਪੂਰਾ ਕਰਨ ਲਈ ਉਹ ਫਿਰ ਦੋਨੀ ਮੇਰੇ ਮੈਨੂੰ ਕਹਿੰਦੇ ਵੀ ਤੂੰ ਹੀ ਕਰ ਸਕਦਾ ਇਹ ਚੀਜ਼, ਵੀ ਤੂੰ ਜਿਵੇਂ ਮਰਜ਼ੀ ਕਰ ਜਾ। ਤਾਂ ਫਿਰ ਇਹ ਆ ਵੀ ਮੇਰੇ ਇਸ ਫਿਲਮ ਦੇ ਵਿੱਚ ਤਿੰਨ ਕਿਰਦਾਰ ਦੇਖਣ ਨੂੰ ਮਿਲਣਗੇ ਜੀ, ਤਾਂ ਜਿਹੜੇ ਦੋ ਨੇ ਉਹ ਸਰਪ੍ਰਾਈਜ਼ ਨੇ, ਕਿੱਦਾਂ ਕਿੱਦਾਂ ਆਉਂਦੇ ਹੈਗੇ। ਤਾਂ ਬਹੁਤ ਵਧੀਆ ਕਰੈਕਟਰ ਹੈ ਜੀ। ਕਿਸ਼ਨੇ ਦੀ ਆਪਾਂ ਰੋਮਾਂਸ ਹੁੰਦੇ ਦੇ ਕਰਦੇ ਦੇਖਾਂਗੇ? ਨਹੀਂ, ਕਿਸ਼ਨੇ ਦਾ ਕੋਈ ਰੋਮਾਂਸ ਨਹੀਂ ਹੈਗਾ, ਕਿਸ਼ਨਾ ਛਤਰਾਂ ਨੂੰ ਡਰਦਾ, ਛੜਾ ਹੀ ਰਹਿ ਜੂਗਾ। ਨਹੀਂ, ਛੜਾ ਤਾਂ ਨਹੀਂ, ਕੁਆਰਾ ਰਹੂਗਾ। ਇੰਨੀ ਛੜਾ ਤਾਂ ਜਦੋਂ ਵੱਡੀ ਉਮਰ ਹੋ ਜਾਂਦੀ ਹੈ ਉਦੋਂ ਰਹਿੰਦਾ, ਤਾਂ ਉਹ 'ਚੋਂ ਕੁਆਰਾ ਹੀ ਰਹੂਗਾ। ਇਹਨਾਂ ਦੋਨਾਂ ਦਾ ਮਾਹੌਲ ਹੈਗਾ, ਬਾਕੀ ਉਹ ਫਿਲਮ ਤੋਂ ਬਾਅਦ ਪਤਾ ਲੱਗੂ ਵੀ ਕੌਣ ਕੁਆਰਾ ਰਹਿੰਦਾ, ਕੌਣ ਛੜਾ ਰਹਿੰਦਾ, ਕਿਹਦੀ ਪੂਰੀ ਹੁੰਦੀ ਹੈ ਕਹਾਣੀ, ਕਿਹਦੀ ਨਹੀਂ ਰੋਮਾਂਸ। ਮੋਰਓਵਰ ਨਾ, ਇਸ ਫਿਲਮ 'ਚ ਜਿਹੜਾ ਹੈਗਾ ਕਿ ਸਾਰੇ ਰਿਲੀਜਨ ਨੂੰ, ਸਾਰਿਆਂ ਨੂੰ ਜੋੜ ਕੇ ਹਿਊਮੈਨਿਟੀ ਦਾ ਮੈਸੇਜ ਦਿੱਤਾ ਗਿਆ। ਬਿਲਕੁਲ ਇੱਦਾਂ ਹੀ ਹੈ ਜੀ। ਦੇਖੋ, ਜਦੋਂ 1942 ਦੀ ਗੱਲ ਕਰਦੇ ਹਾਂ, ਤੁਸੀਂ ਪੁਰਾਣੀ ਗੱਲ ਕਰਦੇ ਹਾਂ, ਉਦੋਂ ਇਹ ਚੀਜ਼ਾਂ ਦਾ ਇੰਨਾ ਅਸਰ ਨਹੀਂ ਸੀਗਾ। ਮਤਲਬ ਧਰਮਾਂ ਦੇ ਸਾਰਿਆਂ ਦੇ ਲੋਕ ਇਕੱਠੇ ਰਹਿੰਦੇ ਸੀ, ਸਾਰੇ ਜਾਤਾਂ ਪਾਤਾਂ ਦੇ ਲੋਕ ਇਕੱਠੇ ਰਹਿੰਦੇ ਸੀ, ਇੱਕ ਮੁਹੱਬਤ ਹੁੰਦੀ ਸੀ, ਪਿਆਰ ਹੁੰਦੇ ਸੀ। ਇਹ ਤਾਂ ਹੁਣ ਪੋਲੀਟਿਕਸ ਨੇ ਇਹ ਚੀਜ਼ਾਂ ਕੀਤੀਆਂ, ਹੈ ਨਾ, ਵੀ ਇਹ ਉੱਦਾਂ ਧਰਮ ਨੂੰ ਵਿੱਚ ਸਾਰੀਆਂ ਚੀਜ਼ਾਂ। ਤਾਂ ਇਹ ਤਾਂ ਹੁਣ ਸਾਨੂੰ ਲੱਗਣ ਲੱਗ ਗਿਆ ਵੀ ਉਹ ਆਏ ਆ, ਉਹ ਆਏ ਆ। ਪਹਿਲਾਂ ਤਾਂ ਜਿਹੜਾ ਟਾਈਮ ਸੀਗਾ ਉਹ ਬਹੁਤ ਬਿਹਤਰ ਸੀਗਾ। ਸਾਡੇ ਬਾਪੂ ਜੀ ਹੋਰੀ ਦੱਸਦੇ ਹੁੰਦੇ, ਡੈਡੀ ਦੱਸਦੇ, ਸਾਡੇ ਜਿਹੜੇ ਬਜ਼ੁਰਗ ਆ ਉਹ ਦੱਸਦੇ ਹੁੰਦੇ ਆ, ਉਹ ਆਪਦੀ ਗੱਲ ਕਰਦੇ ਆ। ਟਾਈਮ ਤਾਂ ਦੇਖੋ ਕੋਈ ਵੀ ਮਾੜਾ ਨਹੀਂ ਹੁੰਦਾ, ਸਾਨੂੰ ਆਹ ਵਧੀਆ ਲੱਗ ਰਿਹਾ। ਜਾਂ ਜਦੋਂ ਤੁਸੀਂ ਸਕੂਲ ਪੜ੍ਹੇ ਹੋਵੋਗੇ, ਤੁਹਾਨੂੰ ਲੱਗਦਾ ਵੀ ਯਾਰ ਜਿਹੜਾ ਜਦੋਂ ਮੈਂ ਪਾਸ ਆਊਟ ਸੀ ਨਾ, ਉਹ ਸਾਡਾ ਮਤਲਬ ਜਿਹੜਾ ਹਾਂ ਵਧੀਆ ਸੀਗਾ। ਹੁਣ ਤਾਂ ਹੋਰੀ ਕੁਛ ਜਿਹਾ, ਟਾਈਮ ਸਾਰੇ ਵਧੀਆ ਹੁੰਦੇ ਆ, ਪਰ ਐਂ ਵੀ ਸਮੇਂ ਦੀ ਚਾਲ ਹੈ ਜੀ, ਤਾਂ ਉਹ ਚੱਲਦੀ ਰਹਿੰਦੀ ਹੈ। ਗੱਲ ਕਰੀਏ ਫਿਲਮ 'ਚ ਨਾ, ਮਿਹਨਤ ਬਹੁਤ ਜ਼ਿਆਦਾ ਨਜ਼ਰ ਆ ਰਹੀ ਹੈ, ਇੱਕ ਪੂਰੇ ਪਿੰਡ ਨੂੰ ਤੁਸੀਂ ਕੰਸਟਰਕਟ ਕਰਨਾ, ਕੱਚੇ ਘਰ ਵਿਖਾਉਣੇ, ਕਿਉਂਕਿ ਫਲੈਸ਼ਬੈਕ 'ਚ ਤੁਸੀਂ ਲੈ ਕੇ ਜਾ ਰਹੇ ਹੋ, ਕਿੰਨਾ ਅਮੇਜ਼ਿੰਗ ਫੀਲ ਆਉਂਦਾ ਸੀਗਾ, ਕਿਉਂਕਿ ਅੱਜ ਕੱਲ੍ਹ ਉਦਣ ਦੇ ਮਾਹੌਲ ਸਾਨੂੰ ਦੇਖਣ ਨੂੰ ਨਹੀਂ ਮਿਲਦਾ। ਬਹੁਤ ਬਹੁਤ ਬਿਲਕੁਲ ਇਹੀ ਆ। ਇਹ ਜਿਹੜਾ ਸੀਗਾ ਫਿਲਮ ਲਈ ਸੈੱਟ ਲਗਾਇਆ ਗਿਆ ਸੀ ਪੂਰਾ, ਇੱਕ ਪਿੰਡ ਮਤਲਬ 30-40 ਘਰਾਂ ਦਾ ਬਣਾਇਆ ਗਿਆ ਸੀਗਾ, ਇਹ ਬਨੂੜ ਦੇ ਲਾਗੇ ਸੈੱਟ ਲਾਇਆ ਸੀਗਾ। ਤਾਂ ਜਦੋਂ ਤੁਸੀਂ ਇੱਦਾਂ ਦੀ ਫਿਲਮ ਕਰਦੇ ਹੋ ਜਾਂ ਕਰੈਕਟਰ ਕਰਦੇ ਹੋ, ਮੈਨੂੰ ਲੱਗਦਾ ਵੀ ਮੈਂ ਹਮੇਸ਼ਾ ਇਹ ਚੀਜ਼ ਸੋਚਦਾ ਹੁੰਦਾ ਵੀ ਜਿਹੜਾ ਇੱਕ ਐਕਟਰ ਹੁੰਦਾ ਨਾ, ਉਹ ਬਹੁਤ ਕਰਮ ਵਾਲਾ ਹੁੰਦਾ। ਮਾਲਕ ਉਹ ਤੋਂ ਕਿੰਨੇ ਕਰੈਕਟਰ ਮਤਲਬ ਕਰਨ ਨੂੰ ਦੇ ਦਿੰਦਾ ਉਹਨੂੰ, ਹੈ ਨਾ। ਤਾਂ ਹੁਣ ਜਦੋਂ ਤੁਸੀਂ 1942 ਦੀ ਗੱਲ ਕਰਦੇ, ਤਾਂ ਓਬਵੀਅਸਲੀ ਕੱਚੇ ਘਰ ਹੋਣਗੇ, ਹੈ ਨਾ, ਉਹ ਉਸ ਤਰ੍ਹਾਂ ਦਾ ਇਨਵਾਇਰਮੈਂਟ ਹੋਊਗਾ। ਅਤੇ ਅੱਜ ਹੁਣ ਉਹ ਚੀਜ਼, ਅੱਜ ਦੂਜੀਆਂ ਚੀਜ਼ਾਂ ਨੂੰ ਅਸੀਂ ਅਹਿਮੀਅਤ ਦਿੰਦੇ ਹਾਂ। ਉਦੋਂ ਅਸਲ ਵਿੱਚ ਜਿਹੜੀ ਚੀਜ਼ ਪਾਸਟ 'ਚ ਹੋ ਜਾਂਦੀ ਨਾ, ਉਹ ਵਿੰਟੇਜ ਹੋ ਜਾਂਦੀ ਆ, ਸਾਨੂੰ ਉਹ ਲੱਗਦੀ ਇਹ ਬਹੁਤ ਘੈਂਟ ਚੀਜ਼ ਆ ਇੱਦਾਂ, ਪਰ ਉੱਥੇ ਰਹਿ ਕੇ ਕੋਈ ਖੁਸ਼ ਨਹੀਂ। ਹੁਣ ਤੁਸੀਂ ਕਹਿ ਦਿਓ ਵੀ ਕੱਚੇ ਘਰਾਂ 'ਚ ਰਹਿ ਕੇ ਦਿਖਾਓ, ਅਗਲਾ ਕਹਿੰਦਾ ਨਹੀਂ, ਸਟੇਟਸ ਹੈ ਨਾ ਉਹ ਹੋ ਜਾਂਦੇ। ਪਰ ਇਹ ਵੀ ਉਹ ਟਾਈਮ ਤਾਂ
ਬੜਾ ਕਹਿੰਦੇ ਨਾ ਹਾਰਟ ਟੱਚਿੰਗ ਜਿਹਾ ਹੋਊਗਾ ਔਰ ਦਰਸ਼ਕਾਂ ਨੂੰ ਵਾਪਸੀ 'ਤੇ ਮਤਲਬ ਰੋਂਦੇ ਆਉਣਾ ਪਊਗਾ। ਬਿਲਕੁਲ ਬਿਲਕੁਲ, ਦੇਖੋ ਇੱਕ ਜਗ੍ਹਾ ਹੈਗੀ ਹੈ ਨਾ ਜਿੱਥੇ ਅਸੀਂ ਰਹਿ ਰਹੇ ਹਾਂ, ਤੁਸੀਂ ਰਹਿ ਰਹੇ ਹਾਂ, ਸਾਨੂੰ ਅੱਜ ਕੋਈ ਕਹਿ ਦੇ ਵੀ ਯਾਰ ਤੁਸੀਂ ਇੱਥੇ ਜਾਓ, ਕਿੱਥੇ ਜਾਓ ਪਤਾ ਨਹੀਂ, ਕਿਉਂ ਜਾਓ ਪਤਾ ਨਹੀਂ, ਕਿਹਨੇ ਭੇਜਿਆ ਪਤਾ ਨਹੀਂ, ਬਸ ਇੱਕ ਮੈਸੇਜ ਆਇਆ ਵੀ ਜਿਹੜੇ ਮੁਸਲਿਮ ਭਾਈਚਾਰਾ ਸਾਡਾ ਉਹ ਇੱਕ ਪਾਕਿਸਤਾਨ ਨਾਂ ਦਾ ਨਵਾਂ ਮੁਲਕ ਬਣ ਗਿਆ, ਉੱਥੇ ਰਹੂਗਾ। ਅਤੇ ਜਿਹੜਾ ਇੱਕ ਪਹਿਲਾਂ ਪੰਜਾਬ ਸੀਗਾ, ਇੱਕ ਜਿਹੜਾ ਪੰਜਾਬ ਦੇ ਦੋ ਟੁਕੜੇ ਹੋ ਗਏ ਲਾਹੌਰ ਅੰਮ੍ਰਿਤਸਰ, ਹੈ ਨਾ, ਤਾਂ ਉਹ ਜਿਹੜਾ ਦੁਖਾਂਤ ਆ ਉਹ ਬਹੁਤੇ ਮਤਲਬ ਵੀ ਰੂੰ ਰੌਂਗਟੇ ਖੜੇ ਕਰ ਦਿੰਦਾ, ਹੈ ਨਾ, ਜਦੋਂ ਅਸੀਂ ਉਹ ਚੀਜ਼ ਨੂੰ ਸੋਚਦੇ ਵੀ ਹਾਂ ਵੀ ਯਾਰ ਅਸਲ 'ਚ ਕਿੱਦਾਂ ਹੋਇਆ ਹੋਊਗਾ। ਅਸੀਂ ਹੁਣ ਕਰੈਕਟਰ ਕਰ ਰਹੇ ਸੀ ਜਦੋਂ ਸਾਡਾ ਪਹਿਲਾਂ ਦਾ ਮਹੀਨਾ ਇਹ ਸ਼ੂਟ ਹੋਇਆ, ਅਤੇ ਸਾਡਾ ਜਿਹੜਾ ਪਾਰਟੀਸ਼ਨ ਦਾ ਸੀਗਾ ਨਾ ਪਾਰਟੀ, ਡਾਇਰੈਕਟਰ ਸਾਹਿਬ ਨੇ ਉਸ ਤਰੀਕੇ ਨਾਲ ਰੱਖਿਆ, ਲਾਸਟ 'ਤੇ ਕਰਾਇਆ ਇਹਨਾਂ ਨੇ। ਇੱਕ ਤਾਂ ਸਾਡਾ ਉੱਦਾਂ ਮੋਹ ਪਿਆਰ ਪੈ ਗਿਆ, ਸ਼ਰਾਰਤਾਂ ਕਰਦੇ ਰਹੇ ਸੀ ਉਹ 'ਤੇ ਵੀ, ਅਤੇ ਫਿਲਮ 'ਚ ਕਰੈਕਟਰ ਨੇ, ਤਾਂ ਜਦੋਂ ਹੋਇਆ ਸਾਨੂੰ ਮਤਲਬ ਆਪ ਨੂੰ ਵੀ ਇੱਦਾਂ ਲੱਗਿਆ ਕਲੇਜੇ 'ਚ ਰੁੱਗ ਭਰਿਆ ਜਾਂਦਾ ਸੀ, ਸੋਰੀ ਵੀ ਯਾਰ ਉਹਨਾਂ 'ਤੇ ਕੀ ਬੀਤਿਆ ਹੋਊਗਾ ਇੱਦਾਂ ਨਾ। ਤਾਂ ਉਹ ਸੋਚ ਕੇ ਉਹਨੂੰ ਬਹੁਤ ਹੀ ਮਤਲਬ ਸੀਰੀਅਸਨੈਸ ਨਾਲ ਅਸੀਂ ਸ਼ੂਟ ਕੀਤਾ। ਜਦੋਂ ਸੀਨ ਹੋ ਰਿਹਾ ਸੀ ਬਟਵਾਰੇ ਵਾਲਾ, ਮਤਲਬ ਮੈਂ ਨਾ ਯੂਵੀ ਨਾਲ ਨਾ ਇਹਨਾਂ ਨਾਲ ਮੈਂ ਬੋਲਿਆ ਨਹੀਂ ਸੀ ਕਿਸੇ ਨਾਲ, ਮਤਲਬ ਉੱਦਾਂ ਮੈਂ ਪਾਸੇ ਹੋ ਜਾਂਦਾ ਸੀ। ਮੈਨੂੰ ਹੁੰਦਾ ਸੀ ਵੀ ਯਾਰ ਮੇਰੀ ਨੇਚਰ ਇੱਦਾਂ ਦੀ ਹੈ, ਬਬਲੀ ਜੀ, ਹੈ ਨਾ, ਮੈਂ ਹੱਸਦਾ ਖੇਡਦਾ ਰਹਿੰਦਾ ਅਤੇ ਮੈਨੂੰ ਇੱਦਾਂ ਹੀ ਵਧੀਆ ਲੱਗਦਾ। ਤਾਂ ਮੈਨੂੰ ਸੀਗਾ ਵੀ ਮੈਂ ਵੀ ਯਾਰ ਜੇ ਇਹਨਾਂ ਕੋਲ ਮੈਂ ਗੱਲ ਕਰ ਲਈ ਕੋਈ ਹਾਸਾ ਹੁਸਾ ਨਿਕਲ ਜਾਵੇ, ਉਹ ਚੀਜ਼ 'ਚੋਂ ਨਿਕਲ ਨਾ ਜਾਈਏ, ਥੋੜ੍ਹਾ ਜਿਹਾ ਵੀ ਸੀਰੀਅਸ ਜਿਹਾ ਹੋ ਕੇ ਰਹੀਏ ਇੱਦਾਂ, ਹੈ ਨਾ। ਤਾਂ ਉਹ ਬਹੁਤ ਰਵਾਊਗਾ ਜੀ ਸੀਨ, ਪਰ ਇਹ ਵੀ ਉਹ ਬਹੁਤ ਛੋਟਾ ਪਾਰਟ ਆ ਫਿਲਮ ਦੇ ਵਿੱਚ, ਬਾਕੀ ਤਾਂ ਸਾਰੀ ਇੰਟਰਟੇਨਿੰਗ ਆ, ਹਾਸੇ ਵਾਲੀ ਮੂਵੀ ਆ, ਅਤੇ ਬਹੁਤ ਖੱਪ ਆਈ ਅਸੀਂ ਜਾਂਦੇ ਜਾਂਦੇ। ਫਿਰ ਕਿਸ਼ਨੇ ਦੇ ਅੰਦਾਜ਼ 'ਚ 5 April 11 ਦੇਖਣਾ? ਹਾਂਜੀ, ਬਸ ਇਹੀ ਕਹਿਣਾ ਕਿ 5 April ਨੂੰ 11 ਆ ਰਹੀ ਹੈ, ਅਤੇ ਆਪਣੇ ਪਰਿਵਾਰ ਨਾਲ, ਦੋਸਤਾਂ ਮਿੱਤਰਾਂ ਨਾਲ, ਬਜ਼ੁਰਗਾਂ ਨਾਲ, ਬੱਚਿਆਂ ਨਾਲ ਇਸ ਫਿਲਮ ਨੂੰ ਜ਼ਰੂਰ ਦੇਖਿਓ। ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਜਿਹੜੀ ਫਿਲਮ ਹੈ ਪਸੰਦ ਆਊਗੀ, ਨਾਰਾਜ਼ ਨਹੀਂ ਕਰੂਗੀ। ਸੋ 5 April ਨੂੰ ਆਪਣੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਪਹੁੰਚਿਓ ਸਾਨੂੰ ਪਿਆਰ ਦੇਣ ਲਈ। ਥੈਂਕ ਯੂ। ਹਾਂਜੀ ਜੀ, 5 April ਨੂੰ ਜਿਹੜੀ ਫਿਲਮ ਆ ਰਹੀ ਹੈਗੀ ਹੈ, ਤੁਸੀਂ ਆਪਣੇ ਯਾਰਾਂ ਨਾਲ, ਫੈਮਲੀ ਨਾਲ, ਬਜ਼ੁਰਗਾਂ ਨਾਲ, ਦੋਸਤਾਂ ਨਾਲ, ਸਭ ਨਾਲ ਦੇਖ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਤੁਸੀਂ ਸਾਰਿਆਂ ਨੇ ਜਾਣਾ ਜੀ 5 April ਨੂੰ ਥੀਏਟਰਸ ਦੇ ਵਿੱਚ, ਅਤੇ ਦੇਖਣੀ ਹੈ ਜੀ ਮੂਵੀ 11 ਬੇ, ਅਤੇ ਇਹਦੀ ਅਪਡੇਟਸ ਤੁਸੀਂ ਦੇਖਦੇ ਰਹੋਗੇ ਦੇਸੀ ਚੈਨਲ 'ਤੇ। ਹੁਣ ਮੈਨੂੰ ਯਾਨੀ ਕਿ ਗਾਨ ਮਹਾਜਨ ਦੀ ਇਜਾਜ਼ਤ, ਅਤੇ ਤੁਸੀਂ ਦੇਖਦੇ ਰਹੋ ਦੇਸੀ ਚੈਨਲ।